ਮਲਾਈ ਪਨੀਰ ਸਾਲਨ ਪ੍ਰੈਸ ਵਾਲੇ ਕਿ ਮੈਨੂੰ ਭੁੱਖ ਲੱਗੀ ਆ ਮੈਂ ਰੋਟੀ ਖਾਣ ਲੱਗੀ ਆ ਸਾਲਨ ਕਹਿੰਦਾ ਖਾ ਲਓ ਲਵੀ ਮਿੱਤਰੋ ਤੇ ਅਸੀਂ ਘਰੇ ਬੁਲਾਇਆ ਹੋਇਆ ਸਾਜਨ ਪ੍ਰੈਸ ਵਾਲਾ ਜੇ ਤੁਸੀਂ ਵੀ ਆਪਣੇ ਘੈਂਟ ਘੈਂਟ ਕੱਪੜੇ ਪ੍ਰੈਸ ਕਰਨੇ ਆ ਤਾਂ ਤੁਸੀਂ ਸੰਪਰਕ ਕਰੋ ਸਾਜਨ ਪ੍ਰੈਸ ਵਾਲਾ ਤੇ ਹੁਣ ਤੁਹਾਨੂੰ ਸਾਜਨ ਪ੍ਰੈਸ ਵਾਲਾ ਦਿਖਾਉਂਦੀ ਆ ਮੈਂ ਚੈੱਕ ਕਰੋ ਸਾਜਨ ਪ੍ਰੈਸ ਵਾਲਾ ਜਲਦੀ ਤੋਂ ਜਲਦੀ ਸਾਜਨ ਨੂੰ ਸੰਪਰਕ ਕਰ ਲਓ ਗਾਈਸ ਤੇ ਸਾਜਨ ਦੀ ਆਪਾਂ ਸੋਸਾਇਟੀ ਦੇ ਨੀਚੇ ਰੇਡੀ ਖੋਲਣ ਲੱਗੇ ਆ ਤੇ ਬਹੁਤ ਹੀ ਘੈਂਟ ਪ੍ਰੈਸ ਕਰਦਾ ਸਾਜਨ ਤੇ ਗਾਈਸ ਤੁਸੀਂ ਕੁਛ ਨਹੀਂ ਕਰਨਾ ਸੰਪਰਕ ਕਰੋ ਸੰਪਰਕ ਕਰੋ ਸੰਪਰਕ ਕਰੋ ਮੈਨੂੰ ਪੈਸੇ ਦੀ ਬਹੁਤ ਲੋੜ ਆ ਥੱਲੇ ਮੇਰੇ ਪੀਰੀਅਡ ਦੇ ਵਿੱਚ ਥੱਲੇ ਰੇੜੀ ਲਾਈ ਹੁੰਦੀ ਆ ਤੇ ਜਿੰਨੇ ਜਾਣੇ ਨੇ ਕੱਪੜੇ ਪ੍ਰੈਸ ਕਰਾਉਣੇ ਆ ਕੇ ਪ੍ਰੈਸ ਕਰਾ ਸਕਦੇ ਆ ਯੈਸ ਇੰਨਾ ਵੀ ਦੁੱਖ ਦਰਦ ਵਾਲੀ ਗੱਲ ਨਹੀਂ ਹੈਗੀ ਠੀਕ ਹੈ ਨਾ ਤੇ ਗਾਈਸ ਜਲਦੀ ਜਲਦੀ ਪ੍ਰੈਸ ਕਰੋ ਸਾਜਨ ਪ੍ਰੈਸ ਵਾਲੇ ਤੇ ਅੱਗੇ ਮੇਰੇ ਕੱਪੜੇ ਵੀ ਪ੍ਰੈਸ ਕਰ ਦਿਓ ਫਟਾਫਟ ਸਾਨੀਆ ਕੌਰ ਜੀ ਦੇ ਕਦਮ ਰਸੋੜੇ ਵੱਲ ਸਾਨੀਆ ਕੌਰ ਤੇ ਸਾਜਨ ਜਗਪਾਲ ਪੁਰੀ ਦੇ ਕਦਮ ਰਸੋੜੇ ਵੱਲ ਰਸੋੜੇ ਮਤਲਬ ਕਿ ਕਿਚਨ ਵੱਲ ਨੂੰ ਕਿਚਨ ਤੇ ਦੇਖੋ ਗਾਈਸ ਆਪਾਂ ਦੇਖਿਓ ਹੁਣ ਸਾਜਨ ਨੇ ਕੀ ਬਣਾਇਆ ਹੈਗਾ ਬ੍ਰੇਕਫਾਸਟ ਮੈਨੂੰ ਇਹ ਸੀਗਾ ਮੈਂ ਤੇਲੀ ਸ਼ਾਹੀ ਕੋਫਤਾ ਮਲੀ ਪਨੀਰ 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 ਮਲੀਮ ਪਨੀਰ ਮਲੀਮ ਪਨੀਰ ਕਿਹੜਾ ਹੋਇਆ ਗਾਈਸ ਨਵੀਂ ਡਿਸ਼ ਆ ਚੁੱਕੀ ਹੈ ਆਪਣੇ ਇੱਥੇ ਮਲੀਮ ਪਨੀਰ ਕਿਹੜੀ ਮਲੀਮ ਪਨੀਰ ਮਲਾਹੀ ਪਨੀਰ ਮਲਾਹੀ ਪਨੀਰ ਸ਼ਾਹੀ ਮਲਾਹੀ ਪਨੀਰ ਤਾਂ ਕੋਈ ਹੁੰਦਾ ਹੀ ਨਹੀਂ ਸ਼ਾਹੀ ਪਨੀਰ ਸੋਰੀ ਹਾਂ ਸ਼ਾਹੀ ਪਨੀਰ ਮਲਾਈ ਕੋਫਤਾ ਦਾਲ ਸੀਖ ਰਹਾ ਹੂੰ ਦਿਖਾਓ ਮੈਨੂੰ ਪਨੀਰ ਤੋਂ ਪਿਆਜ਼ਾ ਹਾਂ ਓਹ ਹੁਣ ਤੇਰੇ ਮੂੰਹ ਚ ਪਾਣੀ ਆ ਗਿਆ ਨਾ ਪੂਰਾ ਪੂਰਾ ਪਾਣੀ ਆ ਗਿਆ ਮੇਰੇ ਮੂੰਹ ਚ ਤੇਰੀ ਬਾਤ ਤੇਰੀ ਭੁੱਖ ਮਰ ਗਈ ਹੋਣੀ ਹੁਣ ਅੱਛਾ ਦਿਖਾਓ ਦਿਖਾਓ ਕੀ ਬਣਾਇਆ ਜਲਦੀ ਦਿਖਾਓ ਅਰੇ ਅਚਾਰ ਠੀਕ ਹੈ ਟੋਪਸ ਦਾ ਨਹੀਂ ਕ੍ਰਿਸ਼ਨਾ ਦਾ ਕ੍ਰਿਸ਼ਨਾ ਦਾ ਅਚਾਰ ਤੇ ਨਾਲ ਗੱਲਾਂ ਤੇ ਤੁਸੀਂ ਇੰਡੀਆਂ ਕਰਦੇ ਪਏ ਹੋ ਮਲਾਈ ਕੋਫਤਾ ਦੋ ਪਿਆਜ਼ਾ ਪਤਾ ਨਹੀਂ ਕਿਹੜਾ ਕਿਹੜਾ ਬਣਾਇਆ ਹੈਗਾ ਬਣਾਇਆ ਤੇ ਕੁਝ ਵੀ ਨਹੀਂ ਤੁਸੀਂ ਚਲ ਕੋਈ ਨਹੀਂ ਰੁੱਖੀ ਮਿੱਸੀ ਮਿਲ ਜੇ ਨਾਲ ਤਾਂ ਸਿੱਧੇ ਸ਼ੌਂਕੀ ਆ ਸਮਝੀ ਛਾ ਨਾਲ ਖਾਵਾਂਗੇ ਕੀ ਬਣਾਇਆ ਕੀ ਇਹ ਦੱਸ ਦੋ ਪਿਆਜ਼ ਵਾਲੇ ਪਰੌਂਠੇ ਤੇ ਨਾਲ ਅਚਾਰ ਤੇ ਨਾਲ ਚਾਹ ਚਾਹ ਨਹੀਂ ਹੈ ਚਾਹ ਆ ਚਾਹ ਬਣਾਈ ਚਲੋ ਗਾਇਸ ਹੁਣ ਆਪਾਂ ਮਿਲਦੇ ਆ ਪਰੌਂਠੇ ਦੇ ਨਾਲ ਚਲੋ ਪਰੌਂਠਾ ਗਰਮ ਤੇ ਕਰੋ ਤਵੇ ਤੇ ਰੱਖ ਕੇ ਆ ਵੀ ਗੱਲ ਹੈ ਮੈਂ ਥੱਕ ਜਾਈ ਮੈਂ ਮਾਰੂੰਗੀ ਜਾ ਤੁਸੀਂ ਚਾਮਲ ਦਾ ਕੋਈ ਕੰਮ ਕਰਕੇ ਨਹੀਂ ਰਾਜ਼ੀ ਮੁੱਕਾ ਤਾਂ ਪਹਿਲਾਂ ਚਾਹੀਦਾ ਇੱਕ ਜਲਦੀ ਜਲਦੀ ਪਰੌਂਠਾ ਗਰਮ ਕਰੋ ਗੱਲਾਂ ਐਡੀਆਂ ਵੱਡੀਆਂ ਉੱਚ ਕਰ ਲਓ ਨਾ 5000 ਰੁਪਇਆ ਲਾਇਆ ਮੈਂ ਉੱਚ ਘੰਟਾ ਲੱਗ ਜਾਂਦਾ ਪਰੌਂਠਾ ਗਰਮ ਹੁੰਦੇ ਹੁੰਦੇ ਨੂੰ ਓਕੇ ਹਾਂ ਆ ਕੀ ਲਾਓ ਲੋ ਵੀ ਮਿੱਤਰੋ ਤੇ ਤੁਹਾਨੂੰ ਦੋ ਜੋਰੂਆਂ ਨਾਲ ਮਿਲਾਉਣੀ ਆ ਜੋਰੂ ਨੰਬਰ 1 ਤੇ ਜੋਰੂ ਨੰਬਰ 2 ਸ਼ਕਲ ਦੋਨਾਂ ਦੀ ਸੇਮ ਹੀ ਆ ਸਾਰੇ ਮੜਾ ਚੱਕ ਕੇ ਨਾ ਇੱਥੇ ਮੂੰਹ ਦੇ ਕੋਲ ਰੱਖਿਓ ਜੋਰੂ ਨੂੰ ਸ਼ਕਲ ਉਹਦੀ ਦੇਖੋ ਤੇ ਕੈਮਰੇ ਲੈ ਜੋਰੂ ਇੱਧਰ ਦੇਖ ਉਹ ਦੇਖੋ ਸੇਮ ਡਿੱਟੋ ਉਦਾਂ ਹੀ ਅੱਖਾਂ ਉਦਾਂ ਹੀ ਨੱਕ ਉਦਾਂ ਹੀ ਸਾਰਾ ਮੂੰਹ ਵਿਚਾਰੇ ਦੇ ਬਸ ਬਾਲ ਬਿਨਾਂ ਹੀ ਇਦਾਂ ਬਿਨਾਂ ਨਾਤੇ ਤੁਸੀਂ ਇਦਾਂ ਹੀ ਜਾਣਾ ਵਾ ਮੀਟਿੰਗ ਤੇ ਹੈ ਬਿਨਾਂ ਨਾਤੇ ਨਹਾਉਣਾ ਤਾਂ ਤੁਸੀਂ ਹੈ ਨਹੀਂ ਨਹੀਂ ਨਹਾਉਣਾ ਤੈਨੂੰ ਪਤਾ ਗੰਦੇ ਜੀ ਆ ਗਏ ਆ ਗਏ ਲਓ ਵੀ ਮਿੱਤਰੋ ਤੇ ਆਹ ਬਿਊਟੀ ਚੈੱਕ ਕਰੋ ਤੇ ਆਹ ਬਿਊਟੀ ਚੈੱਕ ਕਰੋ ਗ੍ਰੀਨ ਗ੍ਰੀਨ ਘਾਹ ਬਣੇ ਪਏ ਆ ਸਾਜਨ ਸੇਮ ਲਾ ਲੈ ਮੈਨੂੰ ਗੱਲਾਂ ਦੇ ਵਿੱਚ ਤੁਸੀਂ ਗਾਈਸ ਮੇਰਾ ਪਰੌਂਠਾ ਠੰਡਾ ਹੋ ਗਿਆ ਤੇ ਹੁਣ ਆਪਾਂ ਮਿਲਦੇ ਆ ਪਰੌਂਠਾ ਖਾਣ ਤੋਂ ਬਾਅਦ ਵਾਰੀ ਆ ਗਈ ਆਪਣੀ ਭਾਂਡੇ ਧੋਣ ਦੀ ਤੇ ਸਾਰੀ ਕਿਚਨ ਸਾਫ਼ ਕਰਨ ਦੀ ਗਾਈਸ ਬਹੁਤ ਗੰਦੀ ਹੋਈ ਪੀਸੀ ਕਿਚਨ ਤੇ ਹੁਣ ਆਪਾਂ ਮਿਲਦੇ ਆ ਸਾਰੀ ਸਫਾਈ ਕਰਨ ਤੋਂ ਬਾਅਦ ਲੋ ਵੀ ਮਿੱਤਰੋ ਸਾਜਨ ਹੋ ਗਿਆ ਰੈਡੀ ਤੇ ਕਿੱਧਰ ਨੂੰ ਕਹਾਂ ਪਰ ਚਲੇ ਬਾਹਰ ਘੁੰਮੀ ਘੁੰਮੀ ਕਰ ਨਹੀਂ ਨਹੀਂ ਮੀਟਿੰਗ ਤੇ ਓਕੇ ਬਾਏ ਗੁੱਡ ਲੱਕ ਥੈਂਕ ਯੂ ਬਾਏ ਬਾਏ ਪੁੱਛਾ ਪੁੱਛਾ ਲਾ ਦੋ ਠੀਕ ਹੈ ਝਾੜੂ ਝੜੂ ਵੀ ਕਰ ਦਿਓ ਚੰਗੀ ਤਰ੍ਹਾਂ ਮਿੱਤਰੋ ਤੇ ਕਿਚਨ ਦਾ ਕੰਮ ਹੋ ਗਿਆ ਪ੍ਰੋਪਰ ਡਨ ਤੇ ਕਿਚਨ ਦੀ ਹੋ ਗਈ ਪੂਰੀ ਸਫਾਈ ਯੇ ਹੁਣ ਆਪਾਂ ਕਰਾਂਗੇ ਲਿਵਿੰਗ ਏਰੀਆ ਲਿਵਿੰਗ ਏਰੀਆ 'ਚ ਥੋੜ੍ਹਾ ਮੋਟਾ ਗੰਦ ਪਿਆ ਹੋਇਆ ਵਾ ਲਿਵਿੰਗ ਏਰੀਆ ਪੂਰਾ ਸੈੱਟ ਕਰਕੇ ਫਿਰ ਤੁਹਾਨੂੰ ਦਿਖਾਵਾਂਗੇ
ਲਓ ਵੀ ਮਿੱਤਰੋ ਤੇ ਲਿਵਿੰਗ ਏਰੀਆ ਵੀ ਹੋ ਗਿਆ ਡਨ, ਪੂਰਾ ਕਲੀਨ ਐਨ ਕਲੀਨ ਹੋ ਗਿਆ, ਤੇ ਇਧਰੋਂ ਵੀ ਸਾਰਾ ਕਲੀਨ ਹੋ ਗਿਆ ਤੇ ਰੂਮ ਵੀ ਪੂਰਾ ਕਲੀਨ ਹੋ ਗਿਆ। ਯੇ ਆਪਾਂ ਹੁਣ ਆ ਰੈਡੀ, ਕਿਉਂਕਿ ਹੁਣ ਆਪਾਂ ਬਣਾਉਣੀਆਂ ਨੇ ਪ੍ਰਮੋਸ਼ਨਾਂ ਤੇ ਪ੍ਰਮੋਸ਼ਨਾਂ ਲਈ ਹੋਣਾ ਪੈਣਾ ਰੈਡੀ। ਸੋ ਗਾਈਜ਼ ਆਪਾਂ ਫਿਰ ਮਿਲਦੇ ਹਾਂ ਹੁਣ ਤੁਹਾਨੂੰ ਰੈਡੀ ਹੋ ਕੇ। ਲਓ ਵੀ ਮਿੱਤਰੋ ਤੇ ਆਪਾਂ ਹੋ ਚੁੱਕੇ ਹਾਂ ਰੈਡੀ ਪ੍ਰਮੋਸ਼ਨਸ ਬਣਾਉਣ ਲਈ, ਤੇ ਹੁਣ ਆਪਾਂ ਚੱਲੀਏ ਪ੍ਰਮੋਸ਼ਨ ਬਣਾ। ਹਾਂ ਤੈਨੂੰ ਸਮੈਲ ਆ ਗਈ ਚਾਵਲ ਦੀ, ਕਿਵੇਂ ਚਾਵਲ ਗਰਮ ਕਰਕੇ ਲੈ ਕੇ ਆਉਂਦੇ ਆ? ਮਿੱਠੇ ਆ, ਤੈਨੂੰ ਨਹੀਂ ਦੇਣੇ ਹੈਗੇ। ਤੂੰ ਨੀਨੀ ਕਰ ਲਾ, ਤੇਰੀ ਅੱਖਾਂ ਦੇ ਵਿੱਚ ਨੀਨੀ ਦੇ ਕਿੰਨੀ ਆ, ਜਾ ਜ਼ਰੂਰ ਨੀਨੀ ਕਰ ਲਾ, ਜਾ ਭੱਜ ਜਾ, ਮੈਂ ਨਹੀਂ ਦੇਣਾ ਤੈਨੂੰ ਚੌਲ, ਮਿੱਠੇ ਆ ਨਹੀਂ ਦੇਣੇ। ਅਤੇ ਹੁਣ ਆਪਾਂ ਖਾਣ ਲੱਗੇ ਦਹੀਂ ਅਤੇ ਆਲੂ। ਚੈੱਕ ਕਰੋ, ਦਹੀਂ ਦੇ ਵਿੱਚ ਆਲੂ ਪਾਇਆ, ਵਿੱਚ ਪਾਇਆ ਕਾਲਾ ਨਮਕ, ਅਤੇ ਖਾਵਾਂਗੇ ਹੁਣ ਆਪਾਂ, ਫਿਰ ਆਪਾਂ ਮਿਲਦੇ ਹਾਂ ਹੁਣ ਤੁਹਾਨੂੰ ਖਾ ਕੇ। ਯੇ ਦਹੀਂ ਆਲੂ ਫਿਨਿਸ਼ ਕਰ ਲਏ ਸੀਗੇ, ਅਤੇ ਹੁਣ ਮੈਂ ਜਾਣਾ ਫਿਰ ਨੀਚੇ ਸਬਜ਼ੀ ਲੈਣ, ਕਿਉਂਕਿ ਘਰੇ ਟਮਾਟਰ ਵੀ ਨਹੀਂ ਹੈਗੇ, ਪਿਆਜ਼ ਵੀ ਨਹੀਂ ਹੈਗੇ, ਮਿਰਚਾਂ ਵੀ ਨਹੀਂ ਹੈਗੀਆਂ, ਸਾਰਾ ਕੁਛ ਉਹ ਖਤਮ ਹੋ ਚੁੱਕਿਆ। ਅਤੇ ਹੁਣ ਮੈਂ ਜਾਊਂਗੀ ਨੀਚੇ ਸਬਜ਼ੀ ਲੈਣ ਫਿਰ, ਕਿਉਂਕਿ 6:30 ਵਜੇ ਕੁੱਕ ਨੇ ਵੀ ਆਉਣਾ, ਫਿਰ ਉਹ ਤੋਂ ਪਹਿਲਾਂ ਉਹਨੂੰ ਸਾਰਾ ਕੁਛ ਲਿਆ ਕੇ ਦੇਣਾ ਸਬਜ਼ੀ ਵਗੈਰਾ। ਹੁਣ ਆਪਾਂ ਮਿਲਦੇ ਹਾਂ ਨੀਚੇ ਸਬਜ਼ੀ ਮੰਡੀ 'ਚ, ਸਬਜ਼ੀ ਮੰਡੀ ਨਹੀਂ ਸਬਜ਼ੀ ਵਾਲੀ ਸ਼ੌਪ 'ਤੇ। ਯੈਸ ਇਹ ਸਬਜ਼ੀ ਹੋ ਗਈ ਸੀ ਡਨ, ਅਤੇ ਬਹੁਤ ਜ਼ਿਆਦਾ ਸਾਰੀ ਸਬਜ਼ੀ ਸੀਗੀ, ਆਲੂ, ਪਿਆਜ਼, ਬੈਂਗਣ, ਫਿਰ ਬਨਾਨਾ, ਫਿਰ ਫਰੂਟ, ਬਹੁਤ ਸਾਰੇ ਹੋ ਗਏ ਸੀਗੇ। ਫਿਰ ਉਹਦੇ ਕਰਕੇ ਮੈਂ ਸਾਧਨ ਨੂੰ ਕਾਲ ਕੀਤਾ, ਅਤੇ ਫਿਰ ਹੁਣ ਸਾਧਨ ਸਬਜ਼ੀ ਚੱਕ ਲੈਣਗੇ ਆਉਂਦੇ ਹੋਏ ਗੱਡੀ ਦੇ ਵਿੱਚ, ਅਤੇ ਹੁਣ ਆਪਾਂ ਚੱਲੇ ਹਾਂ ਉੱਪਰ, ਫਿਰ ਆਪਾਂ ਉਹ ਵੀ ਮਿੱਤਰੋ ਸਾਧਨ ਮੂੰਹ ਚੱਕ ਕੇ ਸਬਜ਼ੀ ਲੈ ਆਏ ਆ, ਅਤੇ ਹੁਣ ਮੈਂ ਸਾਧਨ ਨੂੰ ਬਣਾ ਕੇ ਦੇਣ ਲੱਗੀ ਹਾਂ ਪੀਨਟ ਬਟਰ, ਪੀਨਟ ਬਟਰ ਬਣਾ ਕੇ ਦੇਣ ਲੱਗੀ, ਮਤਲਬ ਬ੍ਰੈਡ ਤੇ ਪੀਨਟ ਬਟਰ ਲਾ ਕੇ ਦੇਣ ਲੱਗੀ, ਕਿਉਂਕਿ ਸਾਧਨ ਚੱਲਿਆ ਜਿਮ, ਫਿਟਨੈਸ ਦਾ ਏਡਾ ਕੁ ਖਿਆਲ ਰੱਖਦੇ ਇਹਨਾਂ ਨਾ, ਕੀ ਕਰੀਏ। ਤੇ ਗਾਈਜ਼ ਜਿਹੜੇ ਜਿਮ ਜਾਂਦੇ ਆ ਤੇ ਨਹੀਂ ਵੀ ਜਾਂਦੇ ਹੈ ਨਾ, ਉਹ ਵੀ ਖਾ ਸਕਦੇ ਆ ਪੀਨਟ ਬਟਰ ਦੇ ਬ੍ਰੈਡ, ਬ੍ਰੈਡ ਦੇ ਉੱਤੇ ਪੀਨਟ ਬਟਰ ਲਾ ਕੇ ਤੁਸੀਂ ਖਾ ਸਕਦੇ ਹੋ। ਜਿਹੜੇ ਜਿਮ ਜਾਂਦੇ ਆ ਉਹਨਾਂ ਲਈ ਤਾਂ ਬਹੁਤ ਜ਼ਿਆਦਾ ਜ਼ਰੂਰੀ ਹੈ ਇਹ ਚੀਜ਼ ਖਾਣੀ, ਬਟ ਜਿਹੜੇ ਨਹੀਂ ਜਾਂਦੇ ਉਹਨਾਂ ਲਈ ਵੀ ਜ਼ਰੂਰੀ। ਮੈਂ ਵਿਹਲੀ ਨਹੀਂ ਬੈਠੀ ਤੁਹਾਡੇ ਲਈ ਇੱਥੇ, ਸ਼ਾਮ ਨੂੰ ਧੋਣੇ ਆ ਕੱਪੜੇ। ਤੇ ਗਾਈਜ਼ ਯੋਰ ਇੰਨਾ ਟਾਈਮ ਬ੍ਰੈਡ ਵੀ ਸਾਰਾ ਖਰਾਬ ਕਰਦਾ, ਮੈਂ ਨਹੀਂ ਕੀਤਾ, ਇਦਾਂ ਹੀ ਆਇਆ ਬ੍ਰੈਡ। ਜਿਹੜੇ ਸਪੈਰ ਨੂੰ ਚੈੱਕ ਕਰ ਬੜਾ ਕਿੱਥੇ ਹੁੰਦੀ ਹੈ ਟੇਬਲ ਦੀ 1-4 ਅੱਜ ਕਿੰਨੀ ਹੈ 31 ਅੱਜ ਤੁਹਾਨੂੰ ਪਤਾ ਇੱਕ ਗੱਲ ਦੱਸਾਂ, ਦਾਰੂ ਸਸਤੀ ਹੋ ਗਈ 31 ਮਾਰਚ ਤੇ ਮੈਂ ਕੀ ਲੰਡਨ ਨੂੰ ਪੀਣਾ। ਉਹ ਕਹਿੰਦੇ ਨੇ 31 ਮਾਰਚ ਨੂੰ ਠੇਕੇ ਟੁੱਟਣਗੇ ਟੁੱਟਣਗੇ ਵੀ ਠੇਕੇ ਟੁੱਟਣਗੇ, 31 ਮਾਰਚ ਅੱਜ ਠੇਕੇ ਟੁੱਟ ਗਏ। ਗਾਈਸ ਤੁਸੀਂ ਵੀ ਪੀਨਟ ਬਟਰ ਜ਼ਰੂਰ ਖਾਇਆ ਕਰੋ, ਤੇ ਸਾਧਨ ਵਰਗੀ ਬੋਡੀ ਬਣਾ ਲਉਂਗੇ। ਕਿੱਦਾਂ ਮੈਂ ਨਹੀਂ ਹੱਲੇ ਬਣਾਉਣਾ ਪਿਆ, ਉਹ ਸ਼ੇਕਰ ਕਿੱਥੇ? ਬੋਡੀ ਬਣਦੀ ਪਈ ਹੈ ਗਾਈਸ, ਉਹ ਕਿੱਥੇ ਸ਼ੇਕਰ? ਪੂਮਾ ਦਾ ਫੁਕਰੀ ਫੁਕਰੀ ਮੱਛੀ ਦੀ ਕੋ ਮਾਰੀ ਮਾਰੀ ਕਿਹੜੀ ਪੁੱਛੀ, ਬਾਏ ਫਿਸ਼ ਫਰਾਈ ਕਰਕੇ ਨਾ ਖਾ ਲਈਏ, ਬਾਏ ਫਿਸ਼ ਦੋ ਫਿਸ਼, ਬਾਏ ਬਾਏ ਜਮ ਜਮ ਬਾਏ ਜਮ ਬਾਏ ਗਾਈਸ। ਲਓ ਵੀ ਮਿੱਤਰੋ ਤੇ ਸਾਡੇ ਕੁਕੀ ਵੀਰ ਜੀ ਆ ਚੁੱਕੇ ਨੇ, ਤੇ ਕੁਕੀ ਵੀਰ ਜੀ ਹੁਣ ਬਣਾਉਣ ਲੱਗੇ ਨੇ। ਕੀ ਬਣਾਉਣ ਲੱਗੇ ਕੁਕੀ ਭਈਆ? ਆਲੂ ਔਰ ਬੈਂਗਣ, ਸਾਥ ਮੇਂ ਬਣੇਗੇ ਫੁਲਕੇ। ਪਹਿਲੇ ਮੁਝੇ ਥੋੜ੍ਹੀ ਸੀ ਬਣਾ ਕੇ ਦਿਓ ਮੈਗੀ, ਠੀਕ ਹੈ? ਤੇ ਕੁਕੀ ਭਈਆ ਜੀ ਆ ਗਏ, ਕੁਕੀ ਭਈਆ ਜੀ ਹੁਣ ਬਣਾਉਣ ਲੱਗੇ ਨੇ ਆਪਣੀ ਸਬਜ਼ੀ, ਆਲੂ ਬੈਂਗਣ ਤੇ ਨਾਲ ਫੁਲਕੇ। ਖਾਣਾ ਤੁਸੀਂ ਕੀ ਖਾਓਗੇ? ਕੁਝ ਖਾਓਗੇ ਤੁਸੀਂ? ਗੁੱਸੇ ਗੁੱਸੇ, ਮੇਰੇ ਨਾਲ ਗੁੱਸੇ ਆ, ਮੇਰੇ ਨਾਲ ਗੁੱਸੇ ਆ, ਤੂੰ ਮੇਰੇ ਨਾਲ ਗੁੱਸੇ ਆ, ਜੋਰੂ ਮੇਰੇ ਨਾਲ ਗੁੱਸੇ, ਪਟਕਾ 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 ਆਈ ਪਟਕਾ 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 ਆਈ ਪਟਕਾ ਪਟਕਾ ਗਾਈਜ਼। ਇਹ ਸਾਰੀ ਸਬਜ਼ੀ ਨੂੰ ਆਪਾਂ ਲਗਾਈਏ ਹੁਣ ਫਰਿੱਜ, ਆਲੂ ਲਗਾਉਣੇ ਆਪਾਂ ਇੱਥੇ, ਅਤੇ ਭਈਆ ਦੀ ਚੋਪਿੰਗ ਹੋ ਗਈ ਸ਼ੁਰੂ, ਪਹਿਲਾਂ ਖਾਵਾਂਗੇ ਮੈਗੀ। ਲਓ ਵੀ ਗਾਈਜ਼
आलू बैंगन की सब्जी रेडी, नाल फुलके रेडी। मैं चटनी भी बनवाई सी, वो कितने रखती फ्रिज च। ये हैगी पुदीना, तनिया ते प्याज, हरी मिर्चा की चटनी। तो हूँ गाइज मैं सोच रही हूँ कि टाइम भी हो चुके, 8 बज गए हैं, तो हूँ मैं कपड़े की मशीन ला ही देव, कपड़े धोई देव, क्योंकि फिर जो कल फिर कित जाना पै गया, सो दे करके कपड़े भी रह जाएंगे। तो गाइज हूँ मैं धोन लगी हाँ कपड़े। कुड़ियों बहुत सारे काम करने पड़ते हैं घर के, झाड़ू पोचा भांडे, चलो रोटी का साढ़ा कुकी बना जाता, हूँ कपड़े तो धोने पैने आप ही। मित्रों तो मैं साजन नू कीता सी फोन, साजन बैठे हैं मीटिंग दे विच, ते फिर उन्होंने थोड़ा जा टाइम हो जाना लेट, थोड़ा जा लेट नाइट जो हो जाना उन्होंने, ते फिर मैनू लग्या बहुत ज़्यादा भुख क्योंकि मैं कपड़े धो के थक भी गई, ते मैनू इन्नी ज़्यादा भुख लगी आ। सो मैं साजन की वेट करती पई सी, फिर मैं साजन नू कहता कि मैनू भुख लगी आ, मैं रोटी खाण लगी हाँ। साजन कहता खा लो, ते गाइस हुण मैं लग्या रोटी खाण, मैनू बहुत ज़्यादा भुख लगी आ। दिमाग ठीक है? एक घंटे तो मैं सुनता ही इन घंटिया मारिया ने है, मैं कुछ किया वा, मेरी गल सुन दिया कि नहीं? सुन गया मैम, सुन गया। इन्नी घंटिया क्यों मारिया? फिर आ केड़ा टाइम है थोड़ा वड़न दा करे? जिम तो। आ केड़ा टाइम है जिम तो? जिम तो बाद मीटिंग। 6 बजे तो तुसी जिम तो गए हुए हो? ओ तो मैं कहता सी, मैंने फोन करके कह दी मैं ब्लॉग बनानी पी हाँ, मैं अच्छा ठीक है मैं भी टेक कर दूँ, मैं भी कटिंग करवा पाया सीगा, पहला दस दी जिम वाला ब्लॉग भी दिखा देना सीगा, जिम दे विच भी कर दे वर्कआउट, वो म्यूट कर दूंगा। सो गाइज ये अपना ब्लॉग, तो मिलते अपना नैक्सट ब्लॉग। वो ब्लॉग सीगा मतलब कि वधिया डेली रूटीन की होंदा की हिसाब दा? यस। प्रीत कितने अंदर? यस। सो गाइज ये अपना आज दा ब्लॉग, तो चैनल जरूर सबसक्राइब कर लियो, लाइक शेयर कमेंट करके जरूर दस्यो, स्टे ट्यून गाइस, आई होप मिलते हैं थोनों इसी अगले ब्लॉग। आई होप तुम ब्लॉग पसंद आए होगा, मैं लग गई मैं थत्ती हो गई ना, मैं बोल बोल के थत्ती हो गया। आई होप तुम थोनों, आई होप तुम थोनों, बाय, आई होप थोनों ब्लॉग पसंद आ गया। सो गाइस बाय, टाटा, टेक केयर।